ਐਨ ਸਵਰਗ ਹੈ ਸੱਚੀ ਮੁੱਚੀ ਕਸ਼ਮੀਰ। ਇੱਥੋਂ ਪੂਰਾ ਦਲ ਲੇਕ ਦਾ ਵਿਊ ਆਉਂਦਾ। ਇਹ ਸਾਰੀ ਪਹਿਲਗਾਮ ਦੀ ਮਾਰਕੀਟ ਹੈ। ਆਹ ਇੱਥੋਂ ਦਾ ਲੋਕਲ ਪਿੰਡ ਹੈ ਬਾਈ ਪਹਿਲਗਾਮ ਦਾ। ਇਹਦੀਆਂ ਗਲੀਆਂ ਨੇ ਅਤੇ ਅੱਜ ਆਪਾਂ ਕਰਤਾ ਸ਼੍ਰੀਨਗਰ ਤੋਂ ਪੈਕਅਪ ਅਤੇ ਹੁਣ ਨਿਕਲਾਂਗੇ ਪਹਿਲਗਾਮ ਨੂੰ। ਪਹਿਲਗਾਮ ਕੇ ਲੀਏ ਲੈਫਟ ਰਾਈਟ, ਇੱਧਰ ਨੂੰ ਜਾਣਾ ਇੱਧਰ ਨੂੰ, ਅਤੇ ਹੁਣ ਪਹਿਲਗਾਮ ਨੂੰ ਜਾਂਦੇ ਹਾਂ। ਆਹ ਸਾਡਾ ਸੀਗਾ ਹੋਮਸਟੇ ਨਹੀਂ ਏਅਰਬੀਐਨਬੀ, ਅਤੇ ਤੁਸੀਂ ਮੈਨੂੰ ਵੀ ਐਜ਼ ਗੁੱਡ ਐਜ਼ ਹੋਮਸਟੇ ਸੀਗਾ ਕਿਉਂਕਿ ਏਅਰਬੀਐਨਬੀ ਦੇ ਵਿੱਚ ਤੁਹਾਡਾ ਸਾਰਾ ਘਰ ਹੁੰਦਾ, ਪਰ ਇਹਦੇ ਵਿੱਚ ਹੋਟਲ ਵਾਂਗੂ ਕਮਰੇ ਸੀਗੇ। ਹੁਣ ਆਪਾਂ ਪਹੁੰਚ ਚੁੱਕੇ ਹਾਂ ਬਾਈ ਪਰੀ ਮਹਿਲ। ਇੱਥੇ ਲਾਤੀ ਪਾਰਕਿੰਗ, ਇਹ ਹੈ ਪਰੀ ਮਹਿਲ ਦਾ ਅੰਦਰ ਦਾ ਝਾਕਾ ਵਾਕਾ ਜੀ। ਇਹ ਪਰੀ ਮਹਿਲ ਜਿਹੜਾ ਇਹ 5-7 ਕਿਲੋਮੀਟਰ ਹੈ ਡੱਲ ਲੇਕ ਤੋਂ, ਅਤੇ ਐਨ ਪਹਾੜੀ ਦੇ ਉੱਪਰ ਹੈ। ਡੱਲ ਲੇਕ ਦੇ ਵਿੱਚ ਜਦੋਂ ਆਪਾਂ ਬੋਟਿੰਗ ਕਰਦੇ ਹਾਂ ਤਾਂ ਉੱਥੋਂ ਸਾਨੂੰ ਇਹ ਦਿਖਦਾ ਪਹਾੜ ਦੇ ਉੱਪਰ ਪਰੀ ਮਹਿਲ। ਉਹ ਰਿਹਾ ਡੱਲ ਲੇਕ, ਉਹ ਸਾਰਾ ਦਲ ਲੇਕ ਦਾ ਏਰੀਆ। ਆਹ ਦੇਖੋ ਇੱਦਾਂ ਦਾ ਝਾਕਾ ਬਾਕਾ, ਇਹਦਾ ਸੋਹਣੀ ਗੱਲਬਾਤ ਹੈ, ਵਧੀਆ ਮੈਂਟੇਨ ਵੀ ਕੀਤਾ ਹੋਇਆ। ਉਧਰੋਂ ਸਾਰਾ ਦਲ ਲੇਕ ਹੈ ਦੇਖੋ ਕਿੱਡਾ ਵੱਡਾ, ਇਹ ਖਾਸਾ ਪੁਰਾਣਾ ਲੱਗਦਾ ਪਰੀ ਮਹਿਲ। ਆਹ ਇੱਥੇ ਹੈਲੀਕਾਪਟਰ ਦਾ ਪੁਆਇੰਟ ਆ, ਆਹ ਸਾਰਾ ਗੋਲਫ ਕੋਰਸ ਹੈ। ਉਹ ਦੇਖੋ ਉਹ ਸਾਰਾ ਗੋਲਫ ਕੋਰਸ ਆ, ਕਿੰਨੀ ਸੋਹਣੀ ਜਗ੍ਹਾ ਬਣਾਈ ਹੋਈ ਹੈ, ਐਨ ਸਵਰਗ ਹੈ ਸੱਚੀ ਮੁੱਚੀ ਕਸ਼ਮੀਰ। ਇੱਥੋਂ ਪੂਰਾ ਦਲ ਲੇਕ ਦਾ ਵਿਊ ਆਉਂਦਾ। ਇੱਧਰ ਨੂੰ ਕਹਾਂ ਫਿਰ ਆ ਪਹਾੜ 'ਤੇ ਥੋੜ੍ਹੀ ਜਿਹੀ ਧੁੰਦ ਹੈ, ਜੇ ਕਿਤੇ ਬੁਲਾਰੇ ਥੋੜ੍ਹਾ ਹੋਰ ਸਾਫ਼ ਹੁੰਦਾ ਵੈਦਰ ਫਿਰ ਸਾਰਾ ਦਿਖਣਾ ਸੀ ਨਾ ਪੂਰਾ ਵਧੀਆ। ਹਾਂ ਅੱਛਾ, ਨਾ ਨਹੀਂ ਨਹੀਂ ਖਿੱਚਦੇ ਸੱਚ, ਉਹਨਾਂ ਲੜਾਈ ਹੋ ਗਈ ਆਪਣੀ। ਹਿਸਾਬ ਕਿਤਾਬ ਖਾਸਾ ਪੁਰਾਣਾ ਲੱਗਦਾ, ਵਿੱਚ ਵਿੱਚ ਆ ਦੇ ਟਾਈਆਂ ਭੁਰ ਗਈਆਂ। ਹਾਂਜੀ ਮਹਿਲ ਬਣ ਗਿਆ, ਇੱਧਰੋਂ ਵੀ ਆਏ ਨਾ ਪੂਰਾ ਵਧੀਆ ਨਜ਼ਾਰਾ ਵਿਊ ਆਉਂਦਾ ਦੇਖੋ ਲੇਕ ਦਾ। ਥੱਲੇ ਆਏ ਕੂੜਾ ਕੜਾ ਚੰਗਾ ਠੀਕ ਠਾਕ ਸੱਚਿਆ ਹੋਇਆ, ਨਹੀਂ ਗਰਾ ਰਿਹਾ ਓਕੇ। ਅੱਛਾ ਨਹੀਂ ਕਰਾਉਂਦੇ ਆਪਾਂ, ਹੁਣ ਆਪਾਂ ਇੱਧਰ ਨੂੰ ਚੱਲੀਏ। ਇੱਥੇ ਤਾਂ ਕਿੰਨੀਆਂ ਗੁਫਾਵਾਂ ਨੇ, ਮੁੰਡਿਆ ਤੈਨੂੰ ਚੱਕ ਕੇ ਨਾਲ ਵੀਡੀਓ ਬਣਾਉਣੀ ਪੈਂਦੀ ਮੈਨੂੰ ਭਾਈ ਓਏ। ਆਹ ਦੇ ਗਾਰਡਨ 'ਚ ਚਲੋ ਉਤਰੋ,
ਗਾਰਡਨ ਚ ਚੱਲੀਏ ਤੁਰ ਕੇ। ਬੜੇ ਸੋਹਣੇ ਮਹਿਲ ਬਣਾਏ ਹੋਏ ਆ ਬਾਈ ਪਹਿਲਿਆਂ ਟਾਈਮਾਂ ਦੇ, ਇੱਦਾਂ ਦੇ ਜਗ੍ਹਾ ਜਗ੍ਹਾ ਪੋਰਸ਼ਨ ਨੇ ਪ੍ਰਾਈਵੇਟ ਮਤਲਬ ਕਿ ਗਾਰਡਨ ਨੇ ਇਹਦੇ ਵਿੱਚ, ਹੈ ਨਾ, ਵੀ ਜਿੱਥੇ ਸਿਰਫ ਪਰਿਵਾਰ ਦਾ ਹੀ ਐਕਸੈਸ ਹੋ, ਜਿੱਥੇ ਸਿਰਫ ਪਰਿਵਾਰ ਆਪਦਾ ਪਰਿਵਾਰ ਹੀ ਜਾ ਸਕਦਾ ਹੋਵੇ, ਇੱਥੇ ਉਹ ਬਹਿੰਦੇ ਬੁਹੰਦੇ ਹੋਣਗੇ, ਪੂਰਾ ਪ੍ਰਾਈਵੇਟ ਆ ਸਾਈਡ 'ਤੇ ਆ। ਇੱਦਾਂ ਇੱਦਾਂ ਦੇ ਚਾਰੇ ਪਾਸੇ ਮਤਲਬ ਕਿ ਛੋਟੇ 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 ਗਾਰਡਨ ਬਣੇ ਹੋਏ ਆ, ਸੋਹਣੀ ਗੱਲਬਾਤ ਹੈ। ਫੁੱਲ ਜੇ ਵੀ ਬੜੇ ਸੋਹਣੇ ਆ ਕਈ ਤਾਂ ਵਿੱਚ, ਦੇਖਦੇ ਇਹਨਾਂ ਦੇ ਬੀਜ ਕਿਤੋਂ ਮਿਲਣਗੇ ਤਾਂ ਜੇ ਹੱਲ ਹੋਊਗਾ। ਬਾਰੇ ਜਿਵੇਂ ਆ ਸੁੱਕੇ ਹੋਏ ਆ ਫੁੱਲ, ਹੈ ਬੁਲਾਰੇ, ਜਿਵੇਂ ਆ ਸੁੱਕੇ ਹੋਏ ਆ ਇਹਨਾਂ ਦੇ ਵਿੱਚ ਬੀਜ ਵੀ ਹੋਣਗੇ ਯਾਰ। ਹਾਂ ਸੋਹਣੇ ਆ ਨਾ, ਲੈ ਸੋਹਣੀ ਗੱਲਬਾਤ ਹੈ ਬਾਈ। ਆ ਸਾਡੀ ਪਰੀ ਅਤੇ ਇਹਦਾ ਮਹਿਲ ਹੈ। ਪਰੀ ਜੀ, ਪਰੀ ਇੱਕ ਸਮਾਈਲ ਕਰ ਦਿਓ ਯਾਰ ਤੜਕੇ ਦੇ, ਅੱਜ ਆਪਾਂ ਉਹ ਗੁੱਸੇ 'ਚ ਤੜਕੇ ਦੇ, ਮੂੰਹ ਫੁੱਲ ਗਿਆ ਨੱਕ ਹੋ ਗਿਆ ਲਾਲ ਗੁੱਸੇ ਨਾਲ ਪਰੀ ਜੀ ਦਾ। ਜੇ ਇਹ ਤੁਹਾਨੂੰ ਸਾਰਿਆਂ ਨੂੰ ਹੱਸ ਕੇ ਦੰਦ ਕੱਢ ਕੇ ਦਿਖਾਊ ਤੈਨੂੰ ਇੱਕ ਗਿਫਟ ਮਿਲੂਗਾ। ਓ ਯੈਸ, ਹੁਣ ਤਾਂ ਕਰ ਦੋ ਬਈ, ਹੁਣ ਕਰ ਦੋ ਸਮਾਈਲ। ਮੈਂ ਜਾਦੂ ਨਾਲ ਇੱਕ ਚੀਜ਼ ਵੀ ਮੰਗਾ ਸਕਦਾ ਹਾਂ। ਕਰ ਦਿਓ, ਗੁੱਡ ਗੁੱਡ ਗੁੱਡ, ਲਿਆਓ ਬਈ ਲਿਆਓ, ਹੁਣ ਤੋਂ ਕੇ ਲਿਆਓ ਗਿਫਟ। ਆਹ ਕਿੱਥੋਂ ਲਿਆ ਜਾਦੂ? ਲੈ ਮਾਰ ਫੂਕ, ਓਹੋ ਮਾਰ ਫੂਕ ਕੇ ਦੇਖੀ, ਲਿਖ ਮਾਰੀ ਆ ਮਾਰੀ ਫੂਕ, ਲੈ ਮਾਰ ਫੂਕ ਫਿਰ ਫੂਕ। ਛੋਟੀ ਛੋਟੀ ਜਿਹੀਆਂ ਮਾਂ ਸੋਹਣੀ ਖਾ ਕੇ ਦੇ। ਲੈ ਇੱਧਰ ਨੂੰ, ਇੱਧਰ ਨੂੰ ਪੈਰ ਲਾ ਦੇ, ਇੱਧਰ ਨੂੰ, ਇੱਧਰ ਇੱਧਰ ਨੂੰ, ਐ ਟੇਢਾ ਹੋ, ਇੱਧਰ ਸੀਧੇ ਤਾਂ ਦੇ, ਇੱਧਰ ਨੂੰ ਟੇਢਾ ਕਰ ਦੇ ਸਕੂਟਰ, ਮੈਨੂੰ ਉਹ ਛੱਡਣਾ ਦੇ ਮੈਨੂੰ, ਕਸ਼ਮੀਰੀ ਬੇਕਰੀ ਬਾਈ ਕਿਉਂ ਆ ਗਈਆਂ ਛਪਾਰ ਦੇ ਮੇਲੇ ਦੀਆਂ ਪਾਥੀਆਂ ਯਾਦ। ਤੇ ਆਹ ਦੇਖੋ ਵੱਡੇ ਸਾਈਜ਼ ਦੀਆਂ ਪੈਟੀਆਂ, ਇਹਦੇ ਵਿੱਚ ਉਹੀ ਹਿਸਾਬ ਕਿਤਾਬ ਹੁੰਦਾ ਜਿਹੜਾ ਪੈਟੀ ਦੇ ਅੰਦਰ ਹੁੰਦਾ। ਖਾਸ ਆ ਸੌਦਾ ਬਣਾਉਂਦੇ ਆ ਬਾਈ ਉਹਨੇ। ਉਹਦੇ ਵਿੱਚ ਜਲੇਬੀਆਂ ਵੀ ਪਈਆਂ, ਬਿਸਕੁਟ ਕਿੰਨੇ ਪ੍ਰਕਾਰ ਦੇ ਬਿਸਕੁਟ ਹੀ ਭਰੇ ਪਏ ਆ। ਵਾਹ ਵੀ ਵਾਹ, ਆ ਮਫਿਨ ਕੇਕ ਜੇ ਵੱਡੇ ਸਾਈਜ਼ 'ਚ, ਸੋਹਣਾ ਸੌਦਾ ਦੇਖੋ। ਬਿਸਕੁਟ ਲੈ ਜਿਹੜੇ ਆ ਲਿਖਿਆ ਰੇਟ, ਇਹ ਹਿਸਾਬ ਕਿਤਾਬ ਹੈ। ਇਹ ਮਿੱਠੇ ਹੈ ਹੈਂ, ਔਰ ਕਿਆ ਰੇਟ ਹੈ ਇਨਕਾ? ਅੱਛਾ ਕਿਲੋ, ਇਹ ਬਿਸਕੁਟ ਹੈ 500 ਰੁਪਏ ਕਿਲੋ। ਦਿਖਾਇਓ ਇੱਕ ਸੋਹਣੀ ਚੀਜ਼ ਹੈ ਯਾਰ,
ਵਧੀਆ ਚੀਜ਼ ਆ। ਉਹ ਕੀ ਚੱਕਰ ਪੈ ਗਿਆ ਹੀ ਆ ਬੁਲਾਰੇ ਨਵਾਟਾ ਚੌਂਕ। ਹਾਂ ਇੱਥੇ ਕਿਤੇ ਗੱਟ ਲਾ ਗੱਡੀ, ਇੱਥੇ ਕਿਤੇ ਲਾ ਲਾ ਗੱਡੀ ਦਾ ਭਗਤ ਦੁਕਾਨਾਂ ਬੰਦ ਨੇ, ਗੱਡੀ ਤਾਂ ਬਹੁਤ ਜ਼ਿਆਦਾ ਰਾਜ। ਹੁਣ ਤੁਸੀਂ ਦੇਖੋ ਜਾਣਾ ਆ ਸਾਰੀ ਕੱਪੜੇ ਦੀ ਮਾਰੀ, ਪਰ ਉਹ ਅੱਧ ਤੋਂ ਵੱਧ ਬੰਦ ਪਈਆਂ ਨੇ। ਸ਼੍ਰੀਨਗਰ ਦੀ ਮਾਰਕੀਟ ਦਾ ਅਤੇ ਸ਼੍ਰੀਨਗਰ ਦਾ ਆਖਰੀ ਝਾਕਾ ਵਾਕਾ ਬਾਈ। ਇੱਥੋਂ ਬਾਅਦ ਅਸੀਂ ਜਾਣਾ ਅੱਜ ਪਹਿਲਗਾਮ ਨੂੰ ਹੋ ਗਏ, ਹੁਣ ਅਸੀਂ ਇੱਥੋਂ ਲੱਗਣੇ ਹਾਂ ਪੂਰੇ 2.5 ਘੰਟੇ ਪਹਿਲਗਾਮ ਦੇ, ਫਿਰ ਜਾ ਕੇ ਉੱਥੇ ਹੋਟਲਾਂ 'ਚ ਸਰਚ ਕਰਾਂਗੇ। ਪਹਿਲਾਂ ਆਪਾਂ ਬੁੱਕ ਨਹੀਂ ਕੀਤਾ। ਪੂਰੇ ਕਮਲਾ ਜਿਹਾ ਟ੍ਰੈਫਿਕ ਆ, ਜਿਹਦਾ ਜਿੱਧਰ ਨੂੰ ਜੀ ਕਰਦਾ ਉੱਧਰ ਨੂੰ ਹੱਕ ਦਿੰਦਾ ਗੱਡੀ। ਹਿਸਾਬ ਕਿਤਾਬ ਜਿਹਾ ਹੈ ਨਹੀਂ ਉਰੇ ਟ੍ਰੈਫਿਕ ਦਾ ਬਾਹਲਾ। ਅਸੀਂ ਜਗ੍ਹਾ ਜਗ੍ਹਾ ਬੈਰੀਕੇਡ ਲਾ ਕੇ, ਪੁਲਿਸ ਵਾਲਿਆਂ ਨੇ ਰੋਡ ਬੰਦ ਕੀਤੇ ਪਏ ਆ। ਚੀਫ ਇਲੈਕਟਰਲ ਆਫਿਸਰ J&K ਰੱਬ ਦਾ ਨਾ ਹੀ ਆ ਉਹਦੇ ਸੜਕਾਂ 'ਤੇ ਤਾਂ ਪਹਿਲਗਾਮ ਦਰਾ। ਛੋਟੇ ਛੋਟੇ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ, ਦਰਖਤਾਂ ਨਾਲ ਭਰਪੂਰ ਐਨ ਗ੍ਰੀਨਰੀ, ਛਾਂ ਸ਼ਾਂਤ ਰਜਾਨੇ ਆ, ਵਿੱਚ ਵਿੱਚ ਧੁੱਪ ਵੀ ਆਉਂਦੀ ਆ। ਟਰੱਕ ਜੀ ਆ ਗਏ, ਦਰਖਤ ਦੇ ਲਾ ਕਿੱਡੇ ਕਿੱਡੇ ਹੋ ਰਹੇ ਹਨ, ਕੋਈ ਉਹ ਨਹੀਂ, ਪੋਲਿਊਸ਼ਨ ਨਹੀਂ ਮਿੱਟੀ ਦੀ। ਬਹੁਤ ਵੱਡੇ ਵੱਡੇ ਦਰਖਤ ਹੈ।
ਬਈ ਆਪਾਂ ਪਹੁੰਚ ਗਏ ਪਹਿਲਗਾਮ। ਇਹ ਸਾਰੀ ਪਹਿਲਗਾਮ ਦੀ ਮਾਰਕੀਟ ਹੈ। ਹੁਣ ਆਪਾਂ ਰੱਬਦੇ ਹਾਂ ਆਪਣਾ ਰਹਿਣ ਦਾ ਟਿਕਾਣਾ। ਆਪਾਂ ਨੂੰ ਆਹ ਪੈਰਾਡਾਈਜ਼ ਗੈਸਟ ਹਾਊਸ ਦੇ ਵਿੱਚ ਮਿਲ ਗਿਆ ਬਾਈ ਜੀ ਰੂਮ, ਤੇ ਸੋਹਣਾ ਸੋਹਣਾ ਗੈਸਟ ਹਾਊਸ, ਵਧੀਆ ਆਹਦੇ ਇੱਦਾਂ ਦੇ ਰੂਮ ਆ, ਵਧੀਆ ਰੂਮ ਨੇ, ਠੀਕ ਹੈ, ਮਤਲਬ ਪਹਿਲਗਾਮ ਦੀ ਮਹਿੰਗਾਈ ਦੇ ਹਿਸਾਬ ਨਾਲ ਠੀਕ ਹੈ। ਆਹ ਆਪਾਂ ਨੂੰ ਗੈਸਟ ਹਾਊਸ ਮਿਲ ਗਿਆ, ਤੇ ਆਹ ਵੀ ਇਹਨਾਂ ਦਾ ਹੀ ਆ, ਵਿੱਚ ਦੋ ਰੂਮ ਵਾਲਾ ਸੈੱਟ ਜਿਹਾ, ਇਹ ਇੱਦਾਂ ਦਾ ਹਿਸਾਬ ਕਿਤਾਬ ਹੈ। ਤੇ ਇਹ ਜਮਾਂ ਐਨ ਨਦੀ ਦੇ ਕਿਨਾਰੇ ਆ, ਇਹ ਲਿੱਦਰ ਨਦੀ ਆ ਜਿਹੜੀ, ਇਹ ਉੱਪਰੋਂ ਲਦਾਖ ਕੰਨੀ ਆਉਂਦੀ ਆ, ਅਤੇ ਇਹਦੇ ਕੰਢੇ 'ਤੇ ਆਏ ਰਿਜ਼ੋਰਟ। ਉਹ ਜਿਹੜੇ ਮੁੰਡੇ ਆ ਉਹਨਾਂ ਨੇ ਮੱਛੀ ਫੜੀ ਹੈ, ਉਹ ਕੁੰਡੀ ਚੱਕੀ ਫਿਰਦਾ, ਬਸ ਸਕਿੰਟ 10 ਵੀ ਨਹੀਂ ਲੱਗੇ, ਕੁੰਡੀ ਸਿੱਟੀ ਅਤੇ ਮੱਛੀ ਫਸੀ, ਫੁੱਟ 1 ਫੁੱਟ ਦੀ ਮੱਛੀ ਹੋਊਗੀ, ਸਕਿੰਟਾਂ ਜੀ ਫੜ ਲਈ ਲੋਬਰਾਂ ਨੇ, ਹੁਣ ਹੋਰ ਕਰਨਗੇ ਸ਼ਿਕਾਰ। ਅਤੇ ਆਹ ਆਪਣਾ ਜਿਹੜਾ ਆਹ ਆਪਣਾ ਗੈਸਟ ਹਾਊਸ ਹੈ, ਅਤੇ ਆਹ ਲਿੱਦਰ ਨਦੀ ਹੈ, ਜਮਾਂ ਹੀ ਇਹਦੇ ਕੰਢੇ ਆ, ਜਮਾਂ ਹੀ। ਆਹ ਇੱਥੇ ਬਹਿਣ ਨੂੰ ਬਣਾਇਆ ਹੋਇਆ, ਅਤੇ ਆਹ ਇੱਥੇ ਨਹਾਉਣ ਨੂੰ ਬਣਾਇਆ ਹੋਇਆ, ਇਹ 'ਚ ਨਹਾ ਸਕਦੇ ਹਾਂ। ਹੁਣ ਲਾਵਾਂਗੇ ਅਸੀਂ ਤਾਰੀਆਂ, ਆਹ ਇਹਦਾ ਝਾਕਾ ਵਾਕਾ ਪੂਰਾ। ਆਹ ਬਾਈ ਵੀ ਹੁਣੀ ਬੈਠੇ ਆ ਸ਼ਿਕਾਰ 'ਤੇ, ਉਹ ਇੱਕ ਬਾਈ ਲੱਗਿਆ ਹੋਇਆ, ਇੱਕ ਇੱਧਰ ਹੈ, ਇਹ ਫੜਨਗੇ ਜਾਨਵਰ। ਆਹ ਪਿਆਰਾ ਬਾਈ ਇਹਨਾਂ ਦਾ ਧਰਮ ਨਾਲ ਬਾਈ ਹੁਣਾਂ ਦਾ, ਇਹ ਆਪਦੇ ਧਰਮ ਨੂੰ ਹਰ ਇੱਕ ਚੀਜ਼ ਤੋਂ ਪਹਿਲਾਂ ਰੱਖਦੇ ਆ। ਘੁੰਮਣ ਆਏ ਨੇ, ਬਾਰਬੀਕਿਊ ਵੀ ਲੈ ਕੇ ਆਏ ਨੇ, ਬਟ ਜਿਹੜੀ ਧਰਮ ਦੇ ਰੀਤੀ ਰਿਵਾਜ਼ ਨੇ ਉਹ ਪੂਰੇ ਕਰਦੇ ਆ। ਇਹ ਸ਼੍ਰੀਨਗਰ ਤੋਂ ਨੇ ਮੁੰਡੇ, ਆਹ ਬਾਈ ਰਿਮਟ ਕਾਲਜ ਪੜ੍ਹਿਆ, ਅਤੇ ਹੁਣ ਇਹ ਬਿਜਲੀ ਨਾਲ ਰਿਲੇਟਡ ਕੰਮ ਕਰਦਾ। ਬਾਈ ਨੇ ਕਰ ਲਿਆ ਸ਼ਿਕਾਰ, ਰਾਊਤ ਮੱਛੀ, ਰਾਊਤ ਡਿਨਰ ਦਾ ਕੰਮ ਹੋ ਗਿਆ, ਠੀਕ ਹੈ ਸੀਰਤ, ਮੱਛੀ ਬਹੁਤ ਵਧੀਆ ਹੁੰਦੀ ਆ। ਚਲੋ ਬਾਈ ਸ਼ਿਕਾਰ ਸਕਸੈਸਫੁਲ ਹੋਇਆ ਬਾਈ ਹੁਣਾਂ ਦਾ ਇੱਕ।
ਚੱਲ ਚੱਲ ਨਰਮ ਕਿੰਨੀ ਪਈ ਆ ਉਰੇ, ਅਸੀਂ ਤਾਂ ਵੀਡੀਓ ਬਣਦੀ ਆ ਨਾ ਬੇਟਾ, ਆ ਜਾ ਪੁੱਤ ਉਰੇ ਮੇਰੇ ਕੋਲੇ ਆ ਨਾ ਉਰੇ, ਫਿਰ ਏਦਾਂ ਨਹੀਂ ਕਰਨਾ, ਫਿਰ ਮੈਨੂੰ ਬੁਲਾਇਆ ਵੀ ਆ ਤੂੰ ਜਾ ਆਲੇ ਪੁੱਤ, ਮੈਰੀਨੇਟ ਕਰੋਗੇ ਅਭੀ ਆਪ ਠੀਕ ਹੈ, ਤੂੰ ਹੱਥ ਲਾ ਕੇ ਦੇਖ, ਆਹੀ ਭੁੱਲ ਹੱਥ ਲਾ ਕੇ ਦੇਖਣਾ, ਹੱਥ ਲਾ ਕੇ ਦੇਖ ਆਲੇ ਪੁੱਛੀ ਠੀਕ ਹੈ ਤੂੰ ਗੁਗਲੋ ਗੁਗਲੋ ਚੁਬਰ ਮੱਛੀ ਲਿਆ ਬਾਈ ਫੜ ਕੇ ਆਹ ਉਹ ਬਾਈ ਹੁਣੀ ਬਣਾਉਂਦੇ ਆ ਬਾਈ ਆਪਣਾ ਚਿਕਨ ਤੇ ਆਪਾਂ ਨੂੰ ਵੀ ਖਿਲਾ ਕੇ ਗਏ ਨੇ ਬਾਈ ਹੁਣੀ, ਵੱਡੀ ਗੱਲ ਆ ਪਹਿਲੀਆਂ ਸਿੱਖਾਂ ਉਹਨਾਂ ਨੇ ਆਪਾਂ ਨੂੰ ਲਿਆ ਕੇ ਦਿੱਤੀਆਂ ਬਾਈ ਤੁਸੀਂ ਖਾਓ, ਇਹ ਪਿਆਰ ਹੈ ਮੁਸਲਿਮ ਕਮਿਊਨਿਟੀ ਦਾ ਅਤੇ ਸਿੱਖ ਕਮਿਊਨਿਟੀ ਦਾ ਇੱਕ ਹੈਗਾ ਪਿਆਰ ਆਪਣਾ, ਆਪਾਂ ਇਹ ਨਹੀਂ ਕਹਿੰਦੇ ਵੀ ਹਿੰਦੂ ਕਮਿਊਨਿਟੀ ਨਾਲ ਆਪਣਾ ਆਪਣਾ ਹਿੰਦੂਆਂ ਨਾਲ ਵੀ ਅਤੇ ਮੁਸਲਿਮ ਸਾਰਿਆਂ ਨਾਲ ਓਨਾ ਹੀ ਪਿਆਰ ਆ ਬਾਈ, ਵਾਹ ਬਈ ਵਾਹ, ਪਰ ਕਸ਼ਮੀਰ 'ਤੇ ਸਾਨੂੰ ਇਹ ਜ਼ਰੂਰ ਲੱਗਿਆ ਵੀ ਜਿਵੇਂ ਸਿੱਖਾਂ ਨੂੰ ਇਹ ਵਧੀਆ ਹੱਸ ਕੇ ਬੁਲਾਉਂਦੇ ਨੇ ਭੱਜ ਕੇ ਬੁਲਾਉਂਦੇ ਨੇ, ਇਹ ਕੰਡਾ ਹੁੰਦਾ ਜਿਹੜਾ ਇਹ ਮੂੰਹ 'ਚ ਮਾਰਦੀ ਆ ਦੇ, ਅੱਛਾ ਕਹਿੰਦੇ ਕੰਡਾ ਮਾਰਦਾ ਇਹਦੇ ਮੂੰਹ 'ਚ, ਆਹ ਚੋਪਰ ਫੜ ਕੇ ਲਿਆ ਇਹਨੂੰ ਖਾ ਲਿਆ ਮੈਂ ਜੀ ਖਾ ਲੇ, ਨਹੀਂ ਜਿਹੜੀ ਮਿਹਨਤ ਆ ਯਾਰ ਇਹ, ਹੁਣ ਉਰੇ ਸ਼ਾਮ ਦਾ ਮਾਹੌਲ ਹੈ ਬਾਈ, ਸ਼ਾਮ ਹੋ ਗਈ ਅਤੇ ਉਰੇ ਇੱਦਾਂ ਦਾ ਮਾਹੌਲ ਜਿਹਾ ਬਣ ਗਿਆ, ਬਹੁਤ ਸੋਹਣਾ ਮਾਹੌਲ ਬਣਦਾ, ਇਹ ਜਮਾਂ ਐਨ ਇਹਦੇ ਕੰਢੇ 'ਤੇ ਆ ਨਦੀ ਦੇ, ਲਿੱਦਰ ਇਹ ਨਦੀ ਦਾ ਨਾਂ ਆ ਲਿੱਦਰ, ਇਹ ਗਾਂਹ ਲੇਹ ਲਦਾਖ ਕੰਨੀ ਆਉਂਦੀ ਆ ਪਹਾੜਾਂ ਤੋਂ ਆਉਂਦੀ ਹੈ, ਬਰਫ ਵਰਗਾ ਪਾਣੀ ਹੈ ਇਹਦਾ, ਦੇਖੋ ਬਾਈ ਹੌਂਸਲਾ ਜਵਾਕਾਂ ਦਾ ਯਾਰ, ਆਹ ਨਿਆਣੇ ਨੇ ਦਸਾਂ ਦਸਾਂ ਬਾਰਾਂ ਬਾਰਾਂ ਸਾਲਾਂ ਦੇ, ਲੈ ਇਸ ਟਾਈਮ ਟੈਂਪਰੇਚਰ ਬਹੁਤ ਡਾਊਨ ਹੈ, 7:15 ਵੱਜ ਗਏ ਸ਼ਾਮ ਦੇ, ਸਾਡੇ ਵਰਗੇ ਤੋਂ ਨਿਬੜਿਆ ਜਾਂਦਾ ਨਦੀ 'ਚ, ਆਓ ਲੈ ਲੈ ਦੇਖ ਤਾਰੀ ਲਾਉਂਦੇ ਆ, ਮੰਨਦੇ ਕਿਤੇ ਪ੍ਰਭਾ ਜਮਾਂ ਹੀ, ਮੋਰ ਲਾਈਟ ਰਿਕੁਆਇਰਡ ਐਂ ਜੇ ਕਹੀ ਜਾਂਦਾ ਫੋਨ, ਵੀਡੀਓ ਤਾਂ ਆਉਂਦੀ ਹੋ, ਆਹ ਇੱਥੋਂ ਦਾ ਲੋਕਲ ਪਿੰਡ ਹੈ ਬਾਈ ਪਹਿਲਗਾਮ ਦਾ, ਇਹਦੀਆਂ ਗਲੀਆਂ ਨੇ ਅਤੇ ਆਹ ਨਿਆਰੇ ਨੇ ਉਰੇ, ਆ ਚਿਮਨੀ ਚਿਮਨੀ ਹੋਊਗਾ ਨਾ, ਮਤਲਬ ਚਿਮਨੀ ਲੱਗਦੀ ਨਾ ਥੱਲੇ, ਚਿਕਨ ਪੱਕ ਜਾਂਦਾ ਚਿਕਨ ਪੱਕ ਜਾਂਦਾ ਬਾਈ, ਤਾਂ ਖਾਣਾ ਹੀ ਇਹ ਮਟਨ ਐਂਡ ਚਿਕਨ, ਮੀਟ ਬਹੁਤ ਖਾਂਦੇ ਨੇ ਯਾਰ, ਅੰਨ ਦੇ ਬੈਰੀ ਇੱਧਰ ਨਾ ਆਉਣ, ਜਿਹੜੇ ਰੋਟੀ ਦੇ ਬੈਰੀ ਨੇ ਉਹ ਨਾ ਹੀ ਆਉਣ ਤਾਂ ਚੰਗੀ ਗੱਲ, ਰੋਟੀ ਨਹੀਂ ਮਿਲਦੀ ਉਰੇ, ਬਹੁਤ ਘੱਟ ਪਰ ਬਹੁਤ ਘੱਟ ਰੋਟੀ ਉਰੇ ਬਾਈ, ਬਹੁਤ ਘੱਟ ਹੈ ਪੂਰੇ ਕਸ਼ਮੀਰ 'ਚ।